ਹੈਲੋ ਸਟੂਡੈਂਟਸ ਅੱਜ ਦੇ ਲੈਕਚਰ ਸੈਸ਼ਨ ਵਿੱਚ ਆਪਾਂ ਡਿਸਕਸ ਕਰਾਂਗੇ ਇੰਟਰਨੈਸ਼ਨਲ ਮੋਨਟਰੀ ਫੰਡ ਸੋ ਸਿੰਪਲ ਤੇ ਈਜ਼ੀ ਲੈਕਚਰਸ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਇੰਟਰਨੈਸ਼ਨਲ ਮੋਨਟਰੀ ਫੰਡ ਜਿਹਨੂੰ ਆਪਾਂ IMF ਕਹਿੰਦੇ ਆ ਉਹ 1945 ਵਿੱਚ ਸੈਟ ਅਪ ਕੀਤਾ ਗਿਆ ਜਿਹਦਾ ਮੇਨ ਮਕਸਦ ਸੀ ਜਿਹੜੇ ਉਹਦੇ ਮੈਂਬਰ ਨੇਸ਼ਨਸ ਐ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਦੇਣੀ ਤੇ ਨਾਲ ਦੀ ਨਾਲ ਨਵੀਂ ਟੈਕਨੋਲੋਜੀ ਦੇਣੀ ਜਿਹਦੇ ਨਾਲ ਉਹਨਾਂ ਦੀ ਇਕਨੋਮੀ ਉਹਨਾਂ ਦਾ ਫਾਈਨੈਂਸ਼ੀਅਲ ਸਿਸਟਮ ਸਟੇਬਲ ਹੋ ਜਾਏ ਸੋ ਹੁਣ ਇਹਦੇ ਵਿੱਚ ਲਗਭਗ 190 ਦੇਸ਼ ਮੈਂਬਰ ਨੇ ਤੇ ਇਹਦਾ ਹੈਡਕਵਰਟਰ واਸ਼ਿੰਗਟਨ ਡੀਸੀ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਿੱਚ ਇੱਕ ਮੈਨੇਜਿੰਗ ਡਾਇਰੈਕਟਰ ਇਹਨੂੰ ਹੈਡ ਕਰਦਾ ਜਿਹਨੂੰ ਕੀ ਐਗਜ਼ੀਕਟਿਵ ਬੋਰਡ 5 ਸਾਲ ਵਾਸਤੇ ਸਿਲੈਕਟ ਕਰਦਾ ਤੇ ਜਿਹੜੇ ਇਹਦੇ ਕੋਈ ਇੰਪੋਰਟੈਂਟ ਨੇ ਫੈਸਲੇ ਲੈਣੇ ਆ ਡਿਸੀਜਨ ਲੈਣੇ ਆ ਆਈਐਮਐਫ ਨੇ ਉਹ ਬੋਰਡ ਆਫ ਗਵਰਨਰਸ ਮਿਨਿਸਟਰੀਅਲ ਕਮੇਟੀਆਂ ਤੇ ਐਗਜ਼ੀਕਿਊਟਿਵ ਬੋਰਡ ਤੈਅ ਕਰਦਾ ਸੋ ਇਹ ਇਹਦਾ ਬੇਸਿਕ ਜਿਹਾ ਸਟਰਕਚਰ ਹੈ ਆਈ ਐਮ ਐਫ ਦਾ ਸਭ ਤੋਂ ਇੰਪੋਰਟੈਂਟ ਆਬਜੈਕਟਿਵ ਜਾਂ ਉਦੇਸ਼ ਹੈ ਮੈਂਬਰ ਨੇਸ਼ਨਸ ਦੀਆਂ ਇਕਨੋਮੀਆਂ ਨੂੰ ਸਟੇਬਲ ਕਰਨਾ ਸੋ ਜਿਹਦੇ ਨਾਲ ਉਹਨਾਂ ਦੀ ਇਕਨੋਮੀ ਗਰੋ ਕਰੇ ਤੇ ਕੋਈ ਵੀ ਉਹਨਾਂ ਨੂੰ ਫਾਈਨੈਂਸ਼ੀਅਲ ਜਾਂ ਮੋਨਿਟਰੀ ਪ੍ਰੋਬਲਮਸ ਨਾ ਹੋਣ ਸੋ ਇਹਦੇ ਲਈ ਆਈ ਐਮ ਐਫ ਆਪਣੇ ਮੈਂਬਰ ਨੇਸ਼ਨਸ ਨੂੰ ਕ੍ਰੈਡਿਟ ਫੈਸਿਲਿਟੀਆਂ ਜਾਂ ਲੋਨਸ ਦਿੰਦਾ ਹੈ ਜੋ ਉਹਨਾਂ ਦੀ ਇਕਨੋਮੀ ਨੂੰ ਬੂਸਟ ਕਰਦੀ ਹੈ ਸੋ ਇਹਦੇ ਨਾਲ ਉਹਨਾਂ ਕੰਟਰੀਜ਼ ਵਿੱਚ ਪ੍ਰੋਡਕਟਿਵਿਟੀ ਵੱਧਦੀ ਹੈ এমਪਲॉयਮੈਂਟ ਜਨਰੇਸ਼ਨ ਹੁੰਦੀ ਹੈ ਵੱਧ ਵੱਧ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਪਾਵਰਟੀ ਘਟਦੀ ਹੈ ਪਾਵਰਟੀ ਦਾ ਮਤਲਬ ਗਰੀਬੀ ਘਟਦੀ ਹੈ ਤੇ ਇੱਕ ਸਸਟੇਨੇਬਲ ਇਕਨੋਮਿਕ ਗਰੋਥ ਵੱਲ ਉਹ ਉਦੇਸ਼ ਤੁਰਦਾ ਹੈ ਸੋ ਇਹ ਮੇਨ ਮਕਸਦ ਨੇ ਆਈਐਮਐਫ ਦੇ ਨੈਕਸਟ ਆ ਜਾਂਦਾ ਆਈਐਮਐਫ ਦੇ ਇੰਪੋਰਟੈਂਟ ਫੰਕਸ਼ਨਸ ਕੀ ਨੇ ਸਭ ਤੋਂ ਪਹਿਲਾ ਫੰਕਸ਼ਨ ਜਿਵੇਂ ਕਿ ਆਪਾਂ ਆਬਜੈਕਟਿਵ ਪਾਰਟ ਵਿੱਚ ਡਿਸਕਸ ਕਰ ਚੁੱਕੇ ਹਾਂ ਉਹ ਹੈ ਮੋਨਿਟਰੀ ਕੋਆਪਰੇਸ਼ਨ ਸੋ ਇਹਦੇ ਵਿੱਚ ਕੀ ਹੈ ਜਿੰਨੇ ਵੀ ਮੈਂਬਰ ਨੇਸ਼ਨਸ ਹੈ ਉਹਨਾਂ ਵਿੱਚ ਉਹ ਪੈਸੇ ਦਾ ਲੈਂਡਨ ਵਧਾਉਂਦਾ ਹੈ ਆਈਐਮਐਫ ਠੀਕ ਹੈ ਉਹਨਾਂ ਦੇ ਵਿੱਚ ਉਹ ਟ੍ਰੇਡ ਵਧਾਉਂਦਾ ਹੈ ਸੋ ਇਹਦੇ ਨਾਲ ਜਿਹੜੇ ਮੈਂਬਰ ਨੇਸ਼ਨਸ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਮਿਲਦੀ ਹੈ ਫਾਈਨੈਂਸ਼ੀਅਲ ਹੈਲਪ ਮਿਲਦੀ ਹੈ ਨਵੀਂ ਟੈਕਨੋਲੋਜੀ ਮਿਲਦੀ ਹੈ ਤੇ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਐ ਐਡਵਾਈਜ਼ਰੀ ਸਰਵਿਸਿਜ਼ ਮਿਲਦੀਆਂ ਐ ਆਈਐਮਐਫ ਦੇ ਨਾਲ ਸੋ ਇਸ ਤੋਂ ਇਲਾਵਾ ਇੱਕ ਮੋਨਿਟਰੀ ਫੰਡ ਬਣਾਇਆ ਜਾਂਦਾ ਐ ਮੈਂਬਰ ਨੇਸ਼ਨਸ ਵੱਲੋਂ ਜੋ ਕਿ ਜਿਹੜੇ ਅੰਡਰ ਡਿਵੈਲਪਡ ਜਾਂ ਡਿਵੈਲਪਿੰਗ ਕੰਟਰੀਜ਼ ਐ ਉਹਨਾਂ ਨੂੰ ਲੋਨ ਪੈਨ ਤੇ ਦਿੱਤਾ ਜਾਂਦਾ ਐ ਜਿਹਦੇ ਨਾਲ ਉਹਨਾਂ ਦੀ ਇਕਨੋਮੀ ਨੂੰ ਬੂਸਟ ਮਿਲਦਾ ਐ ਸੋ ਇਸ ਤੋਂ ਇਲਾਵਾ ਫੋਰਨ ਐਕਸਚੇਂਜ ਰੇਟ ਉਹ ਸਟੇਬਲ ਹੋ ਜਾਂਦਾ ਐ ਆਈਐਮਐਫ ਦੀਆਂ ਪਾਲਿਸੀਆਂ ਦੇ ਨਾਲ ਤੇ ਆਈਐਮਐਫ ਇਹ ਵੀ ਧਿਆਨ ਵਿੱਚ ਰੱਖਦਾ ਐ ਕਿ ਜਿਹੜਾ ਫੋਰਨ ਰੇਟ এক্সচেঞ্জ ਰੇਟ ਹੈ ਉਹ ਕੋਈ ਕੰਟਰੀਜ਼ ਆਪਣੇ ਕੰਟਰੋਲ ਵਿੱਚ ਨਾ ਰੱਖਣ ਤੇ ਜਿਹੜੀ ਇੰਟਰਨੈਸ਼ਨਲ ਟ੍ਰੇਡ ਹੈ ਉਹ ਇੰਪਰੂਵ ਹੋਵੇ ਸੋ ਜਿਵੇਂ ਟੀਓ ਜਿਹੜੀ ਆਪਾਂ ਦੇਖਿਆ ਸੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਉਹਦਾ ਮੇਨ ਫੰਕਸ਼ਨ ਹੈ ਇੰਟਰਨੈਸ਼ਨਲ ਟ੍ਰੇਡ ਨੂੰ ਪ੍ਰਮੋਟ ਕਰਨਾ ਉਵੇਂ ਹੀ ਆਈਐਮਐਫ ਵੀ ਜਿਹੜੀ ਇੰਟਰਨੈਸ਼ਨਲ ਟ੍ਰੇਡ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ ਵਪਾਰ ਹੈ ਉਹਨੂੰ ਵਧਾਉਂਦਾ ਉਹਨੂੰ ਉਤਸ਼ਾਹ ਦਿੰਦਾ ਤੋ ਇਸ ਤੋਂ ਇਲਾਵਾ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ IMF ਹੈ ਉਹਦੇ ਨਾਲ ਜਿਹੜਾ ਬੈਲੈਂਸ ਆਫ ਪੇਮੈਂਟ ਦਾ ਡਿਸ ਇਕੁਇਲਿਬਰੀਅਮ ਹੈ ਜਾਂ ਇੱਕ ਫਲਕਚੁਏਸ਼ਨ ਹੈ ਉਹ ਵੀ ਕਿਸੇ ਹੱਦ ਤਾਈਂ ਘਟ ਜਾਂਦੀ ਹੈ ਤੇ IMF ਜਿਹੜੀ ਵਰਲਡ ਦੀ ਇਕਨੋਮੀ ਹੈ ਤੇ ਜਾਂ ਆਪਾਂ ਕਹਿ ਸਕਦੇ ਹਾਂ ਗਲੋਬਲ ਕੰਡੀਸ਼ਨਸ ਹੈ ਉਹਨਾਂ ਤੇ ਚੈੱਕ ਰੱਖਦਾ ਹੈ ਉਹਨਾਂ ਨੂੰ ਮੋਨੀਟਰ ਕਰਦਾ ਹੈ